ਗੁਰਦੁਆਰਾ ਘੱਲੂਘਾਰਾ ਸਾਹਿਬ ਦੇ ਵਿੱਚ ਸੰਬੋਧਨ ਸੰਗਤ ਨੂੰ ਸਾਰੇ ਬੈਠੇ ਹੋਏ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਬਰਿੰਦਰਮੀਤ ਸਿੰਘ ਪਾੜਾ ਜੀ ਅੱਜ ਲੋਕਾਂ ਦਾ ਭਰਮ ਨੂੰ ਦੂਰ ਕਰਨ ਵਾਸਤੇ ਇੱਥੇ ਗੁਰਦੁਆਰਾ ਸਾਹਿਬ 'ਚ ਇਕੱਠੇ ਹੋਏ ਨੇ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਵਿੱਚੋਂ ਇਹ ਕੱਢ ਦਿੱਤਾ ਕਿ ਇਹ ਆਪਸ ਵਿੱਚ ਪਾਟੇ ਹੋਏ ਨੇ। ਇਹਦੇ ਨਾਲ ਸਾਡੇ ਵਰਕਰਾਂ ਨੂੰ ਔਰ ਸਾਡੇ ਵੋਟਰਾਂ ਨੂੰ ਬਹੁਤ ਤਕੜਾ ਹੁੰਗਾਰਾ ਮਿਲਿਆ ਔਰ ਇੱਕ ਇਕੱਲਾ 2-11 ਵਾਲੀ ਗੱਲ ਹੋਈ ਹੈ। ਅਸੀਂ ਹੁਣ ਨਿਸ਼ਚੇ ਕਰਕੇ ਇਹਨਾਂ ਨੂੰ ਜਿੱਤ ਪ੍ਰਾਪਤ ਕਰਾਂਗੇ ਔਰ ਸਾਡੀ ਕਾਂਗਰਸ ਦੀ ਜਿਹੜੀ ਹੈ ਜਿੱਤ ਹੋਏਗੀ ਔਰ ਕੈਪਟਨ ਸਾਹਿਬ ਕੈਪਟਨ ਅਮਰਿੰਦਰ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਔਰ ਕਾਂਗਰਸ ਸਰਕਾਰ ਭਾਰੀ ਲੀਡ ਨਾਲ ਹਰ ਜਗ੍ਹਾ ਤੋਂ ਜਿੱਤੇਗੀ। ਇਹਨਾਂ ਨੂੰ ਅਸੀਂ MLA ਦੇ ਮਹਾਰਾਜ ਦੀ ਕਿਰਪਾ 'ਚ ਖੜ੍ਹੇ ਹਾਂ, ਹਜ਼ੂਰੀ 'ਚ MLA ਤਾਂ ਬਣ ਗਏ ਆ, ਹੁਣ ਸਾਡਾ ਇਹ ਆ ਕਿ ਇਹਨੂੰ ਲੀਡ ਕਿੰਨੀ ਦਿਵਾਉਣੀ ਆ। ਸਾਡੀ ਮਨ ਦੀ ਤਮੰਨਾ ਹੈ ਕਿ ਪੂਰੇ ਪੰਜਾਬ 'ਚੋਂ 1 ਨੰਬਰ 'ਤੇ ਲਿਆਉਣਾ ਸੀ ਬਰਿੰਦਰ ਵੀਰ ਸਿੰਘ ਨੂੰ, ਪਾੜਾ ਜੀ ਨੂੰ, ਇਹ ਸਾਡੀ ਖੁਸ਼ੀ ਆ। ਬਾਕੀ ਜਿੱਤ ਪ੍ਰਾਪਤ ਕਰ ਲਈਏ ਮਹਾਰਾਜ ਦੀ ਕਿਰਪਾ ਨਾਲ। ਸਾਰੇ ਹੀ ਗੁਰਦਾਸਪੁਰ ਹਲਕਾ ਸਮੁੱਚਾ ਸਾਰੇ ਇਹਨਾਂ ਦੇ ਨਾਲ ਆ। ਇਹਨਾਂ ਦੇ ਆਪਣੇ ਦਾਦਾ ਜੀ ਰਹਿ ਗਏ ਪਹਿਲਾਂ, ਬਹੁਤ ਹੀ ਚੰਗੇ ਕੰਮ ਕੀਤੇ ਆ, ਉਹਨਾਂ ਨੂੰ ਲੋਕ ਅਜੇ ਤੱਕ ਵੀ ਯਾਦ ਕਰਦੇ ਹਨ। ਅਸੀਂ ਸਾਰੇ ਹੀ ਪਿੰਡਾਂ ਵਾਲਿਆਂ ਨੇ ਇੱਕ ਪ੍ਰਣ ਕਰ ਲਿਆ ਹੈ ਵੀ ਇਹਦੀ ਜਗ੍ਹਾ ਹੋਰ ਕੀ ਹੁੰਦਾ, ਸ਼ਾਇਦ ਕੋਈ ਵੋਟ ਨਾ ਪਾਉਂਦਾ, ਪਰ ਹੁਣ 100 ਚੋਂ 80% ਜਿਹੜੀ ਵੋਟ ਇਹਨੂੰ ਪਵੇਗੀ ਸਾਡੇ ਬਰਿੰਦਰ ਵੀਰ ਪਾੜਾ ਜੀ ਨੂੰ। ਜੇ ਅਸੀਂ ਕਿਸੇ ਬੱਚੇ ਨੂੰ ਪੁੱਛਦੇ ਹਾਂ ਵੋਟ ਕਿਹਨੂੰ ਪਾਉਣੀ ਆ, ਕਹਿੰਦੇ ਜੀ ਅਸੀਂ ਕਾਂਗਰਸ ਨੂੰ ਪਾਉਣੀ, ਅਸੀਂ ਪਾੜਾ ਪਰਿਵਾਰ ਨੂੰ ਪਾਉਣੀ ਆ। ਜੇ ਕਿ ਬੀਬੀ ਨੂੰ ਪੁੱਛਦੇ ਹਾਂ, ਕੱਲ੍ਹ ਮੈਂ ਕਚਹਿਰੀ 'ਚ 2 ਘੰਟੇ ਖੜ੍ਹਾ ਰਿਹਾ, ਤਰੀਕ ਹੀ ਮੇਰੀ, ਉੱਥੇ ਜਿਹੜੇ ਵੀ ਅਸੀਂ ਬੰਦੇ ਨੂੰ ਪੁੱਛਿਆ ਹਾਂਜੀ ਭਾਅ ਜੀ ਕੀ ਮਾਹੌਲ ਆ, ਵਾਹ ਜੀ ਮਾਹੌਲ ਸਾਡਾ ਕਾਂਗਰਸ ਨੂੰ। 2-3 ਬੰਦੇ ਆਏ ਬਜ਼ੁਰਗ ਹੈ, ਮੈਂ ਨਹੀਂ ਪਛਾਣਦਾ, ਉਹ ਕਾਇਦਰ ਦੇ ਕਾਦੀਆਂ ਦੇ। ਮੈਂ ਭਾਅ ਜੀ ਕਿਹੜਾ ਪਿੰਡ ਆ, ਕਹਿੰਦਾ ਮੇਰਾ ਸ਼ੇਖਵਾਂ, ਇੱਕ ਨੇ ਪੁੱਛਿਆ ਕਹਿੰਦਾ ਮੇਰਾ ਫਲਾਣਾ ਪਿੰਡ ਆ। ਮੈਂ ਭਾਅ ਜੀ ਕੀ ਮਾਹੌਲ ਆ, ਕਹਿੰਦਾ ਜੀ ਸਾਡਾ ਮਾਹੌਲ ਤਾਂ ਸਾਰਾ ਹੀ ਕਾਂਗਰਸ ਦਾ। ਮੇਰਾ ਖਿਆਲ ਮੈਂ 100 ਬੰਦੇ ਨੂੰ ਪੁੱਛਿਆ ਹੈਗਾ, ਇੱਕ ਵੀ ਬੰਦੇ ਨੇ ਕਾਲੀਆਂ ਦਾ ਨਾਂ ਨਹੀਂ ਲਿਆ। ਹਰ ਬੰਦਾ ਕਹਿੰਦਾ ਜੀ ਕਾਲੀਆਂ ਨੇ ਬਹੁਤ ਧੱਕੇ ਕੀਤੇ ਆ, 10-10 ਪਰਚੇ ਇੱਕ ਇੱਕ ਬੰਦੇ ਦੇ ਕੀਤੇ ਆ, ਇੱਕ ਬੰਦੇ ਦੇ ਪਰਚਾ ਕਰਦੇ ਉਹਦੇ 10 ਪਰਿਵਾਰ ਟੁੱਟਦੇ ਆ, ਉਹਦੇ ਕੋਲ ਰਿਸ਼ਤੇਦਾਰ ਕੋਈ ਸੱਜਣ ਵੇਲੀ, ਹਰ ਬੰਦਾ ਗੁੱਸਾ ਕਰਦਾ ਚੀਜ਼ ਦਾ। ਬਾ ਹੁਣ ਕਾਲੀਆਂ ਦੀ ਇਹੋ ਜਿਹੀ ਦੌੜ ਲੱਗਣੀ ਆ ਜੀ ਵੀ ਜਿਹੜੀ ਯਾਦ ਕਰੋ, ਇਹਨਾਂ ਦੀ ਜਮਾਨਤਾਂ ਵੀ ਕੈਂਸਲ ਹੋਣੀਆਂ। ਸਾਡੀ ਕਾਂਗਰਸ ਸਰਕਾਰ 1 ਨੰਬਰ 'ਤੇ ਹੋਣੀ ਆ, ਕੈਪਟਨ ਪ੍ਰਧਾਨ ਨੂੰ ਲੋਕ ਸਾਰੇ ਚਾਹੁੰਦੇ ਆ, ਅਤੇ ਇਹ ਕਰਕੇ ਸਾਰੀ ਦੁਨੀਆ ਕੈਪਟਨ ਸਾਹਿਬ ਨਾਲ ਜੁੜੀ ਹੈ।